ਸੋਚਦੇ ਰਹਿੰਦੇ ਹੋ ਤੁਸੀਂ? ਕੁਝ ਨਹੀਂ, ਸੋਚ ਰਿਹਾ ਕਿ ਆਪਣਾ ਇੱਕ ਵੱਡਾ ਸਾਰਾ ਘਰ ਹੋਵੇ। ਐਵੇਂ ਸੁਪਨੇ ਨਾ ਲੈਂਦੇ ਰਿਹਾ ਕਰੋ, ਰੱਬ ਦੀ ਕਿਰਪਾ ਨਾਲ ਇੱਕ ਦਿਨ ਜ਼ਰੂਰ ਹੋਵੇਗਾ। ਬੱਚੇ ਤਿਆਰ ਨੇ? ਹਾਂਜੀ ਹਾਂਜੀ ਤਿਆਰ। ਬੱਚਿਓ ਤਿਆਰ ਹੋ। ਪਾਪਾ ਮੈਨੂੰ ਸਾਈਕਲ ਲਿਆ ਦੋ, ਮੇਰੇ ਸਾਰੇ ਦੋਸਤ ਸਾਈਕਲ ਤੇ ਸਕੂਲ ਆਉਂਦੇ ਨੇ। ਓ ਕੋਈ ਨਾ ਸ਼ੇਰਾ, ਤੈਨੂੰ ਸਾਈਕਲ ਲੈ ਜਾਵਾਂਗੇ, ਕਿਹੜੀ ਗੱਲ। ਪਾਪਾ ਪਾਪਾ ਮੈਨੂੰ ਵੀ ਗੱਡੀ ਲਿਆ ਦਿਓ, ਮੈਂ ਵੀ ਗੁੜੀਆ ਦੇ ਕੱਪੜੇ ਸੀ ਕਿ ਉਹਨੂੰ ਰੋਟੀ ਬਣਾਉਣਾ। ਜੇ ਤੁਸੀਂ ਵੀਰੇ ਨੂੰ ਸਾਈਕਲ ਲੈ ਕੇ ਦਿੱਤਾ, ਮੈਂ ਵੀ ਸਾਈਕਲ ਲੈਣਾ ਫਿਰ। ਹਾਂ ਧੀਏ, ਤੇਰੀ ਗੁੜੀਆ ਤੇ ਮੇਰੀ ਗੁੜੀਆ ਨੂੰ ਮੈਂ ਵੋਟੀ ਬਣਾ ਕੇ ਆਪ ਹੱਥੀ ਵਿਦਾ ਕਰਾਂਗਾ ਤੇ ਤੈਨੂੰ ਸਾਈਕਲ ਵੀ ਲੈ ਦਿਆਂਗੇ, ਕਿਹੜੀ ਗੱਲ। ਬੱਲੇ ਬੱਲੇ ਅਮਨਵੀਰ ਤੂੰ ਕਿਆ ਠਾਠ ਬਾਠ ਮੇਰੇ ਵੀਰ ਦੇ, ਕੋਈ ਲਾਟਰੀ ਲੂਟਰੀ ਲੱਗੀ ਲੱਗਦਾ? ਬਸ ਯਾਰ ਲਾਟਰੀ ਸਮਝ। ਕੀ ਮਤਲਬ? ਵੇਖ ਯਾਰ, ਜਿਉਂਦੇ ਰਹਿਣ ਬੈਂਕਾਂ ਵਾਲੇ ਜਿਹੜੇ ਸਾਨੂੰ ਖੁੱਲੇ ਨੋਟ ਦਿੰਦੇ ਆ ਤੇ ਅਸੀਂ ਐਸ਼ਾ ਕਰਦੇ ਆ। ਉਹ ਕਿੱਦਾਂ ਯਾਰ ਜ਼ਮੀਨਾਂ ਦੇ, ਹੋਰ ਕਿੱਦਾਂ ਨਵੇਂ ਕਰਜ਼ਾ ਲਿਆ, ਜ਼ਿੰਦਗੀ ਆਸਾਨ ਹੋ ਗਈ ਆ, ਕਿਸ਼ਤਾਂ ਉਤਾਰੀ ਜਾਂਦੇ ਆ। ਗੱਲ ਤਾਂ ਤੇਰੀ ਠੀਕ ਆ ਵੀਰੇ, ਯਾਰ ਮੈਂ ਸ਼ਹਿਰ ਵੱਲ ਨੂੰ ਚੱਲਿਆ, ਬੱਚੇ ਨੂੰ ਮੈਂ ਛੱਡ ਦਿੰਦਾ। ਵੀਰ ਜੀ ਖੇਚਲ ਦੀ ਲੋੜ ਨਹੀਂ, ਇਹਨਾਂ ਦੀ ਵੈਨ ਆਉਣ ਵਾਲੀ ਆ। ਖੇਚਲ ਕਰੀ, ਮੈਂ ਕਿਹੜਾ ਪਗਾਨਾ। ਚਲੋ ਬੱਚੇ ਬੈਠੋ ਗੱਡੀ ਤੇ, ਚਲੋ 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 ਚਲੋ। ਕੌਣ ਸੀ ਉਹ? ਓ ਯਾਰ ਆਪਣਾ ਅਮਨ। ਅਮਨ, ਇਹਨੇ ਗੱਡੀ ਕਿੱਥੋਂ ਲੈ ਲਈ? ਇਹ ਤਾਂ ਪਹਿਚਾਣਿਆ ਹੀ ਨਹੀਂ ਜਾ ਰਿਹਾ। ਉਹ ਮੈਂ ਵੀ ਨਹੀਂ ਸੀ ਪਛਾਣਿਆ, ਉਸ ਤੇ ਰੱਬ ਦੀ ਕਿਰਪਾ ਹੋ ਗਈ ਆ। ਕਿਰਪਾ? ਉਹ ਕਿਵੇਂ? ਉਹ ਦੱਸ ਰਿਹਾ ਸੀ ਕਿ ਮੈਂ ਜ਼ਮੀਨ ਤੇ ਲੋਨ ਲੈ ਕੇ ਗੱਡੀ ਤੇ ਕੋਠੀ ਦਾ ਮਾਲਕ ਬਣ ਗਿਆ। ਲੈ ਇਹ ਵੀ ਕੋਈ ਕਿਰਪਾ ਹੋਈ? ਤੁਸੀਂ ਕਰਜ਼ੇ ਨੂੰ ਕਿਰਪਾ ਸਮਝਦੇ ਹੋ? ਕੀ ਲੋੜ ਸੀ ਉਹਨੂੰ ਫੋਕੀਆਂ ਟੋਰਾਂ ਵਾਸਤੇ ਕਰਜ਼ਾ ਲੈਣ ਦੀ? ਉਹ ਕਰਜ਼ਾ ਹੀ ਆ, ਲਾਠੀ ਜਾਊਗਾ। ਮੈਂ ਤਾਂ ਸੋਚ ਰਿਹਾ ਕਿਉਂ ਨਾ ਜ਼ਮੀਨ ਤੇ ਲੋਨ ਲੈ ਕੇ ਆਪਾਂ ਵੀ ਆਪਣੇ ਸੁਪਨੇ ਪੂਰੇ ਕਰ ਲਈਏ। ਨਹੀਂ ਜੀ ਨਹੀਂ, ਕਰਜ਼ਾ ਲੈਣਾ ਕੋਈ ਚੰਗੀ ਗੱਲ ਨਹੀਂ ਹੁੰਦੀ। ਨਾਲ ਸਿਆਣਿਆਂ ਨੇ ਕਿਹਾ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ। ਹੈਲੋ ਹੈਲੋ, ਉਹ ਕਰਨ ਜੀ ਕੀ ਹਾਲ ਜੀ, ਕਿੱਥੇ ਹੋ? ਮੈਂ ਫੀਲਡ 'ਚ, ਦੱਸੋ ਕੋਈ ਕੰਮ ਸੀ? ਕਰਨ ਜੀ ਤੁਹਾਡੇ ਕੋਲੋਂ ਲੋਨ ਬਾਰੇ ਵੀ ਪਤਾ ਕਰਨਾ ਸੀ। ਓਕੇ ਮੈਂ ਆਉਣਾ ਤੁਹਾਡੇ ਕੋਲ। ਚਲੋ ਆ ਜਾਓ, ਬੈਠ ਕੇ ਗੱਲ ਕਰਦੇ ਹਾਂ। ਠੀਕ ਹੈ ਜੀ। ਸਰਦਾਰ ਜੀ ਘਰੇ ਹੋ? ਉਹ ਕੌਣ ਆ ਬਾਈ, ਲੱਗ ਆਓ। ਉਹ ਬੱਲੇ ਬੱਲੇ ਕਰਨ ਜੀ, ਆਓ ਬੈਠੋ। ਹੋਰ ਸਰਦਾਰ ਜੀ, ਕਿੱਦਾਂ ਯਾਦ ਕੀਤਾ ਤੁਸੀਂ? ਕਰਨ ਜੀ ਮੈਂ ਸੁਣਿਆ ਕਿ ਤੁਹਾਡੇ ਬੈਂਕ ਵਾਲੇ ਕਿਸਾਨਾਂ ਨੂੰ ਬੜਾ ਲੋਨ ਲੂਨ ਦੇ ਰਹੇ ਅੱਜ ਕੱਲ੍ਹ ਜ਼ਮੀਨ ਤੇ। ਹਾਂਜੀ ਹਾਂਜੀ ਸਰ, ਹੁਕਮ ਕਰੋ, ਸਾਡਾ ਵੀ ਲੋਨ ਲੂਨ ਪਾਸ ਕਰਾ ਲਓ। ਜ਼ਰੂਰ ਜ਼ਰੂਰ ਸਰਦਾਰ ਜੀ, ਆਪਣੇ ਜ਼ਮੀਨ ਦੇ ਕਾਗਜ਼ ਵਗੈਰਾ ਦੇ ਦਿਓ, ਮੈਂ ਵੈਰੀਫਿਕੇਸ਼ਨ ਕਰਾ ਕੇ ਫੋਨ ਤੇ ਦੱਸ ਦੇਵਾਂਗਾ। ਚਲੋ ਜ਼ਮੀਨ ਦੇ ਕਾਗਜ਼ ਲੈ ਕੇ ਆਇਆ ਦੋ ਜਣਾ। Thank you.
ਉਹ ਕੀ ਹਾਲ ਆ ਕਰਨ ਜੀ? ਅੱਛਾ ਉਹ ਸ਼ੁਕਰਾ ਸ਼ੁਕਰਾ ਕਰਨ ਜੀ, ਚਲੋ ਠੀਕ ਆ, ਮੈਂ ਮਿਲਦਾ ਆ ਕੇ ਤੁਹਾਨੂੰ। ਆਪਣੇ ਤੇ ਵੀ ਰੱਬ ਦੀ ਕਿਰਪਾ ਹੋ ਗਈ ਆ। ਉਹ ਆਹੋ ਲੋਨ ਪਾਸ ਹੋ ਗਿਆ ਆਪਣਾ ਲੋਨ, ਹੁਣ ਵੇਖੀ ਆਪਣੇ ਸੁਪਨੇ ਪੂਰੇ ਹੁੰਦੇ, ਵੇਖੀ ਚੱਲ ਤੂੰ। ਠੀਕ ਠਾਕ ਹੈ ਨਿਹਾਲ ਸਿਆ, ਤੂੰ ਸੁਣਾ ਕਿੱਦਾਂ? ਉਹ ਕੀ ਗੱਲ ਵੀਰ ਨੂੰ ਵਧਾਈ ਨਹੀਂ ਦੇਣੀ, ਨਵਾਂ ਟਰੈਕਟਰ ਲਿਆ ਤੇਰੇ ਵੀਰ ਨੇ। ਅਈ ਸਦਕੇ ਨਿਹਾਲ ਸਿਆ ਦੇ ਨਜ਼ਾਰੇ ਲਿਆ ਤੇ ਹੀ। ਉਹ ਵਧਾਈਆਂ ਵੀ ਵਧਾਈਆਂ ਵੀਰ ਤੈਨੂੰ, ਹੁਣ ਇਹਨੂੰ ਦੱਬ ਕੇ ਵਾਈ ਤੇ ਰੱਜ ਕੇ ਖਾਈ, ਸ਼ੁਕਰੀਆ ਪਰਮਾਤਮਾ ਦਾ। ਚੱਲ ਵੀਰੇ ਮਿਲਦੇ ਆ ਫਿਰ। ਠੀਕ ਆ ਇਸ ਪਤੰਦਰ ਨੂੰ ਪਤਾ ਨੀ ਕੀ ਹੋ ਗਿਆ, ਕਰਜ਼ੇ ਦਾ ਪੈਸਾ ਐਵੇਂ ਹਵਾ ਕਿਉਂ ਨੀ ਗਵਾਈ ਜਾਂਦਾ। ਬਰਬਾਦ ਹੋ ਗਈ, ਉਹ ਬੈਂਕ ਦੀਆਂ ਕਿਸ਼ਤਾਂ ਮੇਰੇ ਸਿਰ 'ਤੇ ਆ।
ਤੇ ਮੇਰੇ ਹੱਥ ਪਹਿਲੇ ਕੁਛ ਨਹੀਂ ਬਾਈ, ਕੋਈ ਨਹੀਂ ਸਮਝਾਉਂਦੀ, ਕੀ ਕਰਾਂ ਕੀ ਕਰਾਂ। ਹੌਸਲਾ ਰੱਖ, ਆਪੇ ਪਰਮਾਤਮਾ ਸਭ ਕੁਝ ਠੀਕ ਕਰੂਗਾ। ਬੈਂਕ ਵਾਲਿਆਂ ਨਾਲ ਗੱਲ ਕਰਕੇ ਕਿਸ਼ਤ ਛੋਟੀ ਕਰਾ ਲੈਣੇ, ਬਾਕੀ ਓਨਾ ਚਿਰ ਤੂੰ ਕੋਈ ਮਿਹਨਤ ਮਜ਼ਦੂਰੀ ਕਰ ਲਾ। ਜੇ ਤੂੰ ਆਖੇ ਮੈਂ ਕੱਲ ਸ਼ਹਿਰ ਫੈਕਟਰੀ ਗੱਲ ਕਰਕੇ ਆਵਾਂ। ਚੰਗਾ ਫਿਰ, ਹੁਣ ਫਿਰ ਰਾਜ ਵੀ ਰੱਖਾ ਤੇਰਾ। ਮੈਨੂੰ ਪਤਾ ਕਿ ਇਹ ਖਰਚਾ ਹੁਣ ਕਿੱਦਾਂ ਲੱਥੂਗਾ।
ਸਹਿਜ ਬੇਟੇ ਕੀ ਹੋਇਆ? ਮੰਮਾ ਕੁਛ ਨਹੀਂ। ਹੱਥ ਦਿਖਾ ਆਪਣੇ। ਕੁਛ ਨਹੀਂ ਹੋਇਆ ਮੰਮਾ। ਦਿਖਾ ਆਪਣੇ ਹੱਥ। ਆ ਕੀ ਹੋਇਆ? ਮੰਮਾ ਦੁਕਾਨ ਤੇ ਚਾਹ ਵਾਲਾ ਗਰਮ ਪਤੀਲਾ ਲੱਗ ਗਿਆ। ਸਤਿ ਸ੍ਰੀ ਅਕਾਲ ਜੀ। ਭਾਬੀ ਜੀ ਤੁਹਾਨੂੰ ਬੈਂਕ ਦਾ ਨੋਟਿਸ ਆਇਆ ਹੋਣਾ। ਹਾਂਜੀ ਅੱਜ ਹੀ ਆਇਆ। ਕਾਹਦਾ ਨੋਟਿਸ ਸੀ ਉਹ? ਭਾਬੀ ਜੀ ਉਹ ਨਿਲਾਮੀ ਦਾ ਨੋਟਿਸ ਹੈ। ਜੋ ਕਰਜ਼ਾ ਨਿਹਾਲ ਨੇ ਲਿਆ ਸੀ ਉਹਦੀ ਰਿਕਵਰੀ ਲਈ ਬੈਂਕ ਤੁਹਾਡੀ ਜ਼ਮੀਨ ਦੀ ਨਿਲਾਮੀ ਕਰਨ ਜਾ ਰਿਹਾ ਹੈ। ਭਾਜੀ ਇਹ ਕਿਸ ਤਰ੍ਹਾਂ ਹੋ ਸਕਦਾ? ਮੇਰੇ ਤੇ ਮੇਰੇ ਪਰਿਵਾਰ ਦਾ ਕੀ ਬਣੇਗਾ? ਕਿੱਥੇ ਜਾਵਾਂਗੇ ਅਸੀਂ? ਭਾਬੀ ਜੀ ਇਹ ਤਾਂ ਦਸਤੂਰ ਹੈ, ਜਿਹਨੇ ਕਰਜ਼ਾ ਦਿੱਤਾ ਹੈ ਉਹਨੇ ਵਸੂਲ ਵੀ ਕਰਨਾ ਹੈ। ਵਾਹ ਇਹ ਨਿਹਾਲ ਸਿਆਂ, ਆਪ ਤੇ ਤੂੰ ਤੁਰ ਗਿਆ ਤੇ ਪਰਿਵਾਰ ਨੂੰ ਜਿੰਦੇ ਜੀ ਮਾਰ ਗਿਆ। ਕੌਡੀ ਮੁੱਲਣੀ ਪੈਣਾ ਸੱਜਣ ਤੇ ਮੇਰਾ ਰੱਬਾ ਤੂੰ ਮੈਂ ਆਪਣੇ ਅੱਜ ਆਪਣੇ ਘਰ ਨੂੰ ਆਪ ਅੱਗ ਲਾ ਲਈ। ਅੱਜ ਮੇਰੇ ਨਿੱਕੇ ਨਿੱਕੇ ਬੱਚੇ ਮਜ਼ਦੂਰੀ ਕਰਨੀ ਮਜਬੂਰ ਆ। ਕਾਹੇ ਮਜ਼ਦੂਰੀ ਮੈਂ ਆਪ ਕਰ ਲਈ ਹੁੰਦੀ, ਕਾਹੇ ਮਜ਼ਦੂਰੀ ਮੈਂ ਆਪ ਕਰ ਲਈ ਹੁੰਦੀ। ਝੂਠੀ ਸ਼ਾਨੀ ਦਿਖਾਤੇ ਉਜੜ ਗਿਆ ਸੰਸਾਰ ਵੇ ਤੇਰਾ। ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਧੀਆਂ ਪੁੱਤਰਾਂ ਦੇ ਰਿਸ਼ਤੇ ਵੱਡਿਆਂ ਘਰਾਂ ਵਿੱਚ ਕਰ ਬੈਠਦੇ ਅਤੇ ਫਿਰ ਆਪਣੇ ਆਪ ਨੂੰ ਉੱਚਾ ਵਿਖਾਉਣ ਦੀ ਖਾਤਰ ਕਰਜ਼ਾ ਲੈ ਕੇ ਵੱਧ ਚੜ੍ਹ ਕੇ ਖਰਚਾ ਕਰਦੇ, ਜੋ ਕਿ ਬਿਲਕੁਲ ਗਲਤ ਹੈ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜੇ ਨਿਹਾਲ ਨੇ ਆਪਣੀ ਝੂਠੀ ਸ਼ਾਨ ਬਚਾਉਣ ਦੀ ਥਾਂ ਮਿਹਨਤ ਮਜ਼ਦੂਰੀ ਕਰ ਲਈ ਹੁੰਦੀ ਤਾਂ ਜੋ ਉਹਦੇ ਪਰਿਵਾਰ ਦਾ ਇਹ ਹਾਲ ਨਾ ਹੁੰਦਾ। ਆਤਮ ਹੱਤਿਆ ਕਿਸੇ ਵੀ ਪਰੇਸ਼ਾਨੀ ਦਾ ਹੱਲ ਨਹੀਂ ਹੁੰਦਾ। ਆਤਮ ਹੱਤਿਆ ਕਰਨ ਵਾਲਾ ਬੰਦਾ ਇਹ ਨਹੀਂ ਸੋਚਦਾ ਕਿ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾਂ ਮੂੰਹ ਨਾਲ ਪੁੱਜੀਆਂ ਰਹਿ ਜਾਂਦੀਆਂ। ਸੋ ਦੋਸਤੋ, ਕਿਸੇ ਵੀ ਸੂਰਤ ਵਿੱਚ ਕੀਤੀ ਗਈ ਆਤਮ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ। ਇਸ ਨਾਲ ਪਰੇਸ਼ਾਨੀ ਦਾ ਹੱਲ ਨਹੀਂ ਹੁੰਦਾ, ਸਗੋਂ ਆਤਮਾ ਸਾਰੀ ਉਮਰ ਲਈ ਭਟਕਦੀ ਹੈ ਅਤੇ ਪਰਿਵਾਰ ਦੀਆਂ ਮੁਸ਼ਕਿਲਾਂ ਕਈ ਗੁਣਾ ਵੱਧ ਜਾਂਦੀਆਂ।